ਸਿਆਣਿਆਂ ਦੀ ਇੱਕ ਕਹਾਵਤ ਹੈ ਕਿ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ। ਇਹ ਕਹਾਵਤ ਉਸ ਵਕਤ ਸੱਚ ਹੋ ਗਈ ਜਦੋਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਡੱਲ ਵਿੱਚ ਦੋ ਚੋਰਾਂ ਨੂੰ ਬੱਕਰੀਆਂ ਚੋਰੀ ਕਰਦੇ ਪਿੰਡ ਵਾਲਿਆਂ ਨੇ ਮੌਕੇ ਤੇ ਕਾਬੂ ਕਰ ਲਿਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਜੜੀ ਕੁਲਦੀਪ ਸਿੰਘ ਪੁੱਤਰ ਬਿੰਦਰ ਸਿੰਘ ਪਿੰਡ ਡੱਲ ਨੇ ਦੱਸਿਆ ਕਿ ਉਹ ਆਪਣੀਆਂ ਬੱਕਰੀਆਂ ਨੂੰ ਬਾਬਾ ਪੀਰ ਚੌਂਕੀ ਦੇ ਨਜ਼ਦੀਕ ਚਰਾ ਰਿਹਾ ਸੀ ਤਾਂ 4 ਨੌਜਵਾਨ ਵਿਅਕਤੀ ਆਏ ਅਤੇ ਜਿਨ੍ਹਾਂ ਨੇ ਬੂਝਿਆਂ ਦਾ ਸਹਾਰਾ ਲੈ ਕੇ ਦੋ ਬੱਕਰੀਆਂ ਨੂੰ ਚੋਰੀ ਕਰ ਲਿਆ ਅਤੇ ਪਿੰਡ ਡੱਲ ਵੱਲ ਨੂੰ ਫਰਾਰ ਹੋ ਗਏ। ਉਧਰ ਜਦੋਂ ਆਜੜੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਸ ਦੀਆਂ ਬੱਕਰੀਆਂ ਚੋਰੀ ਹੋ ਗਈਆਂ ਹਨ ਤਾਂ ਉਸਨੇ ਤੁਰੰਤ ਆਪਣਾ ਦਿਮਾਗ ਘੁਮਾਇਆ ਅਤੇ ਪਿੰਡ ਡੱਲ ਵਿੱਚ ਆਪਣੇ ਘਰ ਅਤੇ ਹੋਰ ਸਾਥੀ ਪਿੰਡ ਵਾਸੀਆਂ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀਆਂ ਬੱਕਰੀਆਂ ਲੈ ਕੇ ਦੋ ਮੋਟਰਸਾਈਕਲ ਚੋਰ ਪਿੰਡ ਡੱਲ ਵੱਲ ਨੂੰ ਆ ਰਹੇ ਹਨ ਤਾਂ ਪਿੰਡ ਵਾਲਿਆਂ ਨੇ ਵੀ ਮੁਸਤੈਦੀ ਦਿਖਾਉਂਦੇ ਹੋਏ ਚੋਰਾਂ ਦੇ ਮਗਰ ਮੋਟਰਸਾਈਕਲ ਲਗਾ ਕੇ ਦੋਨਾਂ ਚੋਰਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਅਤੇ ਇੱਕ ਬੱਕਰੀ ਨੂੰ ਵੀ ਉਹਨਾਂ ਦੀ ਗ੍ਰਿਫਤ ਵਿੱਚੋਂ ਛਡਾ ਲਿਆ ਗਿਆ। ਜ਼ਿਕਰਯੋਗ ਹੈ ਕਿ ਇਸ ਦੌਰਾਨ ਘਟਨਾ ਵਾਲੀ ਜਗ੍ਹਾ 'ਤੇ ਭੜਕੀ ਹੋਈ ਭੀੜ ਨੇ ਚੋਰਾਂ ਦੀ ਛਿੱਤਰ ਪਰੇਡ ਤੱਕ ਵੀ ਕਰ ਦਿੱਤੀ। ਉੱਥੇ ਹੀ ਜਦੋਂ ਇਸ ਗੱਲ ਦਾ ਪਤਾ ਥਾਣਾ ਖਾਲੜਾ ਦੇ ਮੁਖੀ SHO ਜਸਵੰਤ ਸਿੰਘ ਨੂੰ ਲੱਗਾ ਤਾਂ SHO ਸਾਹਿਬ ਭਾਰੀ ਪੁਲਿਸ ਫੋਰਸ ਲੈ ਕੇ ਘਟਨਾ ਵਾਲੀ ਜਗ੍ਹਾ 'ਤੇ ਪਹੁੰਚੇ ਅਤੇ ਚੋਰਾਂ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ। ਉੱਥੇ ਹੀ SHO ਸਾਹਿਬ ਨੇ ਕਿਹਾ ਕਿ ਦੋਨੇ ਫੜੇ ਗਏ ਮੁਲਜ਼ਮਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਕੀ ਨਾਮ ਵੀਰ ਜੀ? ਮੇਰਾ ਨਾਮ ਕੁਲਦੀਪ ਸਿੰਘ ਹੈ ਜੀ। ਕਿਹੜਾ ਪਿੰਡ ਹੈ ਜੀ? ਡੱਲ ਜੀ। ਤੇ ਕੀ ਗੱਲ ਹੋਈ ਆ? ਗੱਲ ਜੀ, ਮੈਂ 4 ਜਣੇ ਬੱਕਰੀਆਂ ਬਾਬਾ ਪੀਰ ਲਾਗੇ ਸੂਏ ਦੇ ਉੱਤੇ ਅਤੇ 4 ਜਣੇ ਆਏ ਆ ਅਤੇ 4 ਜਣੇ ਆਏ ਮੈਂ ਪਹਿਲਾਂ ਲੰਘ ਗਏ ਆ ਅਤੇ ਜਾ ਕੇ ਬੂਝਾਂ ਦੇ ਵਿੱਚ ਲੋਕੇ ਆ ਅਤੇ ਜਦੋਂ ਮੇਰਾ ਪਿੱਛਾ ਹੋ ਗਿਆ ਵੀ ਮਤਲਬ ਮੈਂ ਅਗਰੋਂ ਟੱਕਾ ਲਾਉਣ ਗਿਆ, ਇੱਕ ਮੇਰੀ ਬੱਕਰੀ ਸੂਣ ਡਈ ਸੀ, ਉਹਦੇ ਕਰਕੇ ਮੈਂ ਮੇਰਾ ਮਾਲ ਗਾਂਹ ਚਲ ਗਿਆ, ਮੈਂ ਉਹਦੇ ਆਰੇ ਲੱਗ ਗਿਆ ਅਤੇ ਉਹ ਛੱਡ ਕੇ ਅਤੇ ਮੈਂ ਅਗਲਾ ਮਾਲ ਮੋੜ ਚਲੇ ਗਿਆ ਅਤੇ ਉਹ ਮਗਰੋਂ ਇਹ ਚਾਰ ਜਣੇ ਬੂਝਾਂ 'ਚ ਨਿਕਲ ਕੇ ਅਤੇ ਮੇਰੀ ਬੱਕਰੀਆਂ ਦੋ ਇੱਕ ਬੱਕਰਾ ਲੈ ਕੇ ਅਤੇ ਇੱਕ ਬੱਕਰੀ ਲੈ ਕੇ ਚੁੱਕ ਕੇ। ਉਹ ਕਿੰਨੇ ਜਣੇ? ਉਹ 4 ਜਣੇ ਆ ਜੀ ਅਤੇ 2 ਮੋਟਰਸਾਈਕਲ ਆ ਜੀ ਅਤੇ ਫਿਰ ਮੈਂ ਦੂਜਾ ਆਪਦੇ ਭਤੀਜੇ ਨੂੰ ਫੋਨ ਲਾਇਆ ਵੀ ਉਹਨਾਂ ਮੇਰਾ ਪਿੰਡ ਰੌਲਾ ਪਾ ਤਾਂ ਪਿੰਡ ਵਾਲੋਂ ਭੱਜ ਆਏ ਬੱਕਰੇ ਚੋਰੀ ਹੋ ਗਏ, ਮੇਰੇ ਬੱਕਰੇ ਚੋਰੀ ਹੋ ਗਏ, ਛੇਤੀ ਫਾਲੋ ਦਵਾ ਸਾਰੇ ਪਿੰਡ ਨੇ ਆ ਕੇ ਅੱਗੇ ਰਾਹ ਪਾ ਕੇ ਬੰਦੇ ਫਾਲੇ, 2 ਬੰਦੇ ਫਾਲੇ ਆ ਅਤੇ 2 ਨਿਕਲ ਗਏ ਆ। ਹੁਣ ਜਿਹੜੀ ਤੁਸੀਂ ਥਾਣੇ ਰਿਪੋਰਟ ਦਿੱਤੀ ਵੀ? ਹਾਂਜੀ ਦਿੱਤੀ ਆ, ਹੁਣ ਦਰਖਾਸਤ ਦਿੱਤੀ ਆ ਜੀ, ਮੇਰੇ ਇੱਕ ਆ ਗਿਆ, ਇੱਕ ਨੇ ਬੱਕਰਾ ਨਹੀਂ ਮੇਰਾ ਆਇਆ। ਅਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ? ਉਹ ਆਉਂਦੇ ਵੀ ਹੁਣ ਜਿਹੜੇ ਦੂਜੇ ਬੰਦੇ ਜਿਹੜੇ ਲੈ ਕੇ ਬੱਕਰਾ ਗਏ ਉਹ ਲਿਆ ਕੇ ਫੜ ਕੇ ਲਿਆ ਕੇ ਤੁਹਾਨੂੰ ਸੂਚਨਾ ਦਿੱਤੀ ਜਾਊ। ਸਰ, ਪਿੰਡ ਡੱਲ ਤੋਂ ਜਿਹੜੇ ਬੱਕਰੇ ਚੋਰੀ ਹੋਏ ਆ ਅਤੇ ਕੀ ਜਿਹੜੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ? ਹਾਂਜੀ, ਉੱਥੋਂ ਇਨਫੋਰਮੇਸ਼ਨ ਮਿਲੀ ਸੀਗੀ ਕਿ 2 ਬੰਦੇ ਪਿੰਡ ਵਾਸੀਆਂ ਫੜੇ ਆ ਜਿਹੜੇ ਬੱਕਰੇ ਚੋਰੀ ਕਰਦੇ ਆ, ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਜਵਾਬ ਜੋ ਕਾਰਵਾਈ ਕੀਤੀ ਜਾ ਰਹੀ ਆ। ਅਤੇ ਸਰ, ਕੀ ਕਾਰਵਾਈ ਜਿਹੜੀ ਪੁਲਿਸ ਵੱਲੋਂ ਕੀਤੀ ਜਾ ਰਹੀ? ਚੋਰੀ ਦਾ ਮੁਕਾਬਲਾ ਮਾਮਲਾ ਤੇ ਹੋਣ ਕਰਾਂਗੇ। ਪਿੰਡ ਵਾਸੀਆਂ ਵੱਲੋਂ ਵੀ ਕਹਿਣਾ ਕਿ ਜਿਹੜੀਆਂ ਮੋਟਰਾਂ ਅਤੇ ਹੋਰ ਵੀ ਜਿਹੜੀ ਆ ਤਾਰ ਵਗੈਰਾ ਦੀ ਵੀ ਜਿਹੜੀ ਉੱਥੋਂ ਚੋਰੀਆਂ ਹੁੰਦੀਆਂ ਅੱਗੇ ਜਿਹੜੀ ਗੱਲ ਸਭਾ ਮਿਸਲ 'ਤੇ ਆਈ ਉਹਦੇ ਮੁਤਾਬਕ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।